ਪੰਜਾਬ ਸਰਕਾਰ ਦੇ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਜਿਸ ਦੇ ਤਹਿਤ 2582 ਅਧਿਆਪਕਾਂ ਨੂੰ ਉਹਨਾਂ ਦੇ ਨਿਯੁਕਤੀ ਪੱਤਰ ਵੀ ਦਿੱਤੇ ਗਏ ਨੇ। ਇਸ ਵਿੱਚ ਅੰਮ੍ਰਿਤਸਰ 'ਚ ਇੱਕ ਰਾਜ ਸਤਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਜਿਸ ਮੁੱਖ ਮੰਤਰੀ ਨੇ ਵੀ ਆਉਣਾ ਸੀ ਪਰ ਇਸ ਵਿੱਚ ਮੁੱਖ ਮੰਤਰੀ ਸਮਾਗਮ 'ਚ ਨਹੀਂ ਆ ਪਾਏ। ਇਸ ਵਿੱਚ ਅੰਮ੍ਰਿਤਸਰ ਦੀ ਜ਼ਿਲ੍ਹਾ ਲੀਡਰਸ਼ਿਪ ਨੇ ਇਸ ਦਾ ਆਯੋਜਨ ਕੀਤਾ। ਜਿਹੜੇ ਕੈਂਡੀਡੇਟਾਂ ਨੂੰ ਅੱਜ ਅਸੀਂ ਟੀਚਰ ਬਣਾਇਆ ਨੇ ਜਿਹਨਾਂ ਨੇ ਪਿੱਛੇ ਆਪਣੇ ਤਰਸ ਕਲੀਅਰ ਕੀਤੇ ਨੇ, ਸੋ ਇਹ ਬੜੀ ਵੱਡੀ ਜਿੱਥੇ ਅੱਜ ਅਪੁਆਇੰਟਮੈਂਟ ਲੈਟਰ ਦਿੱਤੇ ਨੇ, ਮੈਂ ਸਮਝਦਾ ਉਹਦੇ ਨਾਲ ਇਹਨਾਂ ਨੂੰ ਇੱਕ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਸਰਕਾਰ, ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੇ। ਸੋ ਇਹਨਾਂ ਨੂੰ ਰਿਕੁਐਸਟ ਕੀਤੀ ਆ ਕਿ ਆਪਣੀ ਜਿਹੜੀ ਜ਼ਿੰਮੇਵਾਰੀ ਆ ਤੁਸੀਂ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣੀ ਆ ਤਾਂ ਕਿ ਪੰਜਾਬ 'ਚ ਜਿਹੜਾ ਐਜੂਕੇਸ਼ਨ ਦਾ ਜਿਹੜਾ ਲੈਵਲ ਆ ਉਹ ਨੀਚੇ ਗਿਆ, ਅਸੀਂ ਉਸ ਲੈਵਲ ਨੂੰ ਫਿਰ ਉੱਪਰ ਲੈ ਕੇ ਜਾਣਾ। ਸੋ ਸਾਡੇ ਜਿਹੜੇ ਰਿਜ਼ਲਟ ਪਿਛਲੇ ਸਾਲਾਂ 'ਚ ਡਾਊਨ ਆਉਂਦੇ ਰਹੇ ਨੇ, ਸੋ ਇਸ ਚੀਜ਼ ਨੂੰ ਲੈ ਕੇ ਸਾਡੇ CM ਸਾਹਿਬ ਬੜੇ ਚਿੰਤਤ ਸਨ। ਸੋ ਉਹਨਾਂ ਨੇ ਐਜੂਕੇਸ਼ਨ ਦਾ ਡਿਪਾਰਟਮੈਂਟ ਅਤੇ ਹੈਲਥ ਦਾ ਡਿਪਾਰਟਮੈਂਟ ਜਿਹੜਾ ਉਹਨੂੰ ਜਿਹੜਾ ਪਹਿਲ 'ਤੇ ਰੱਖਿਆ। ਸੋ ਇਹਨਾਂ ਡਿਪਾਰਟਮੈਂਟਾਂ ਲਈ ਉਹਨਾਂ ਨੇ ਕਹਿ ਤਾ ਵੀ ਜਿੰਨਾ ਵੀ ਪੈਸਾ ਚਾਹੀਦਾ ਉਹ ਤੁਸੀਂ ਲੈ ਲਓ ਤਾਂ ਕਿ ਬੱਚਿਆਂ ਦੀ ਐਜੂਕੇਸ਼ਨ, ਪੰਜਾਬ ਦੇ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਉਹ ਠੀਕ ਹੋਵੇ। ਜਿਹੜੇ ਸਟੇਟ ਦੀ ਜਾਂ ਜਿਹੜੇ ਦੇਸ਼ ਦੀ ਐਜੂਕੇਸ਼ਨ ਠੀਕ ਨਹੀਂ ਉਹ ਦੇਸ਼ ਤਰੱਕੀ ਨਹੀਂ ਕਰਦੇ। ਸੋ ਇਸ ਕਰਕੇ ਅਸੀਂ ਸਭ ਤੋਂ ਜ਼ਿਆਦਾ ਕੈਪਟਨ ਸਾਹਿਬ ਨੇ ਧਿਆਨ ਜਿਹੜਾ ਉਹ ਪੰਜਾਬ 'ਚ ਐਜੂਕੇਸ਼ਨ ਵੱਲ ਦਿੱਤਾ। ਸੋ ਪਹਿਲੀ ਸਾਡੀ ਮੇਰੇ ਆਉਣ ਤੋਂ ਬਾਅਦ ਦੋਵਾਂ ਮਹੀਨਿਆਂ 'ਚ ਅਸੀਂ ਜਿਹੜੀ ਆ ਅਪੁਆਇੰਟਮੈਂਟ ਲੈਟਰ ਦਿੱਤੇ ਨੇ, 3500 ਅਸੀਂ ਜਿਹੜਾ ਇਹ ਜਿਹੜੇ ਮਾਸਟਰ ਕੈਡਰ ਦੇ ਟੀਚਰ ਨੇ ਉਹ ਭਰਤੀ ਕੀਤੇ ਨੇ, 2500 ਨੂੰ ਅੱਜ ਅਸੀਂ ਇਹ ਅਪੁਆਇੰਟਮੈਂਟ ਲੈਟਰ ਦੇ ਦਿੱਤੇ ਨੇ। ਸੋ 1000 ਨੂੰ ਜਿਹੜਾ ਰਹਿ ਗਿਆ ਉਹਨੂੰ ਫਿਰ ਕਿਸੇ ਦਿਨ ਦੇਣੇ ਨੇ। ਕਿ SDM ਦੇ ਕੋਲ SDF ਦੇ ਕੋਲ ਕੋਈ ਫ੍ਰੀ ਹੈਂਡ ਨਹੀਂ ਹੈ ਔਰ ਇਹ ਗੌਰਮੈਂਟ ਨੇ ਔਰ ਮੁੱਖ ਮੰਤਰੀ ਜੀ ਦਾ ਇਹ ਸਿੱਧਾ ਆਦੇਸ਼ ਹੈ। ਅਗਰ ਕੋਈ MLA, ਅਗਰ ਕੋਈ ਮੰਤਰੀ, ਅਗਰ ਕਾਂਗਰਸ ਦਾ ਕਾਰਿਆਕਰਤਾ ਕੋਈ ਡਰੱਗ ਮਾਫੀਆ ਦੀ ਸਿਫਾਰਿਸ਼ ਕਰੇ ਉਹ ਵੀ ਬਖਸ਼ਿਆ ਨਹੀਂ ਜਾਵੇਗਾ ਔਰ ਇਹ 0 ਟੋਲਰੈਂਸ ਹੈ। ਅਸੀਂ ਡਰੱਗ ਦੇ ਮਾਮਲੇ ਦੇ ਅੰਦਰ ਕੋਈ ਕੰਪਰੋਮਾਈਜ਼ ਕਰਨ ਵਾਲੇ ਨਹੀਂ ਹੈ। ਨਸ਼ਾ ਛੁਡਾਓ ਕੇਂਦਰ ਸੀ ਉਹਨੂੰ ਵੀ ਬੰਦ ਕਰ ਦਿੱਤਾ ਗਿਆ ਜਿੱਥੇ ਉਹ ਕੁੜੀਆਂ ਹੈਗੀਆਂ ਸੀ। ਨਸ਼ੇ ਦੇ ਕੇਂਦਰ ਨੂੰ ਬਿਲਕੁਲ ਬੰਦ ਨਹੀਂ ਕੀਤਾ ਗਿਆ, ਉਹ ਲਗਾਤਾਰ ਜਾਰੀ ਆ। ਉਹਦੇ ਅੰਦਰ ਕੁਛ ਹੋਰ ਜਿਹੜੀ ਮਸ਼ੀਨਰੀ ਵਗੈਰਾ ਔਰ ਕੁਛ ਹੋਰ ਰੈਨੋਵੇਸ਼ਨ ਦੀਆਂ ਚੀਜ਼ਾਂ ਹੋਣ ਵਾਲੀਆਂ ਸੀ ਉਸ ਦਿਨ, ਕਿਉਂਕਿ ਜਿਹੜਾ ਹੈਗਾ ਉਦਘਾਟਨ ਕੀਤਾ ਗਿਆ ਸੀ ਲੇਕਿਨ ਉਹਨੂੰ ਬੰਦ ਨਹੀਂ ਕੀਤਾ ਗਿਆ। ਉਹ ਪੂਰੀ ਤਿਆਰੀ ਦੇ ਨਾਲ ਚਾਲੂ ਹੈ ਔਰ ਉਹਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ, ਚੈਨਲ 2।